ਜਿਹੜੀ ਗੈਂਡੇ ਗੈਂਡੇ ਵਾਲੀ ਗੱਲ ਆ ਜਿੱਥੋਂ ਇਹ ਸ਼ੁਰੂ ਹੁੰਦਾ ਹੈ ਉਹ ਅਸਲ ਵਿੱਚ ਨਾ ਉਹਦੀ ਬੜੀ ਕਮਾਲ ਦੀ ਗੱਲ ਹੈ ਜੇ ਤੁਸੀਂ ਨਾਟਕ ਉਹਨਾਂ ਨੇ ਪੜਿਆ ਹੈ ਨਾ ਘਟਨਾ ਜਿਹੜੀ ਆ ਪਾਕਿਸਤਾਨ ਚ ਯੂਰਪ ਚ ਵਾਪਰ ਰਹੀ ਹੈ ਹਨਾ ਉਹਦੇ ਬੈਠੇ ਫਿਰ ਬੈਠ ਕੇ ਇੰਟਲੈਕਚੁਅਲ ਡਿਸਕਸ਼ਨ ਹੁੰਦੀਆਂ ਵੀ ਉਹ ਏਸ਼ੀਆ ਵਾਲਾ ਗਹਿਣਾ ਸੀ ਕਿ ਅਫਰੀਕਾ ਵਾਲਾ ਗਹਿਣਾ ਸੀ ਕਿ ਮਤਲਬ ਇੱਕ ਸਿੰਘ ਵਾਲਾ ਸੀ ਦੋ ਸਿੰਘ ਵਾਲਾ ਸੀ ਮਤਲਬ ਕੋਈ ਉਹਦਾ ਡਾਇਰੈਕਟ ਜਬਰਦਸਤ ਕਿ ਇੱਕ ਬਿੱਲੀ ਨੂੰ ਮਾਰਤਾ ਉਹਨੇ ਬਿੱਲੀ ਮਤਲਬ ਉਹਨੇ ਉਹ ਕੁਚਲਤੀ ਅਗਲੇ ਦਿਨ ਅਖਬਾਰ 'ਚ ਬੈਠੇ ਵੀ ਡਿਸਕਸ਼ਨ ਇਹ ਹੋ ਰਹੀ ਆ ਵੀ ਇਹ ਖਬਰ ਸੱਚੀ ਆ ਝੂਠੀ ਆ ਹੈ ਇਹਦਾ ਕੋਈ ਫਾਇਦਾ ਹੈ ਨਹੀਂ ਹੈ ਨਹੀਂ ਹੈ ਦੂਸਰੀ ਵਾਰੀ ਕੀ ਹੈ ਉਹੋ ਹੀ ਗੈਂਡਾ ਜਿਹੜਾ ਹੈ ਉਹ ਉਹਨਾਂ ਦੇ ਨਜ਼ਦੀਕ ਆ ਗਿਆ ਕਿ ਉਹਨਾਂ ਦਾ ਆਫਿਸ ਦਾ ਇੱਕ ਕੁਲੀਗ ਆ ਜਿਹੜਾ ਉਹ ਗੈਂਡਾ ਬਣ ਗਿਆ ਹੁਣ ਉਹ ਜਿਹੜੀ ਸਪੇਸ ਦੀ ਮੈਂਟਲ ਸਪੇਸ ਦੀ ਜਿਹੜੀ ਡਿਸਟੈਂਸ ਆ ਕਿ ਪਹਿਲਾਂ ਉਹ ਗੈਂਡਾ ਪਤਾ ਨਹੀਂ ਕੌਣ ਆ ਕਿਹੜਾ ਬੰਦਾ ਸੀ ਜਿਹੜਾ ਗੈਂਡਾ 'ਚ ਕਨਵਰਟ ਹੋਇਆ ਜਿਹੜਾ ਬਦਲਿਆ ਉਹਦੇ ਨਾਲ ਤੁਹਾਡੀ ਕੋਈ ਆਪਣੀ ਨੇੜਤਾ ਜਿਹੜੀ ਹੈ ਹਨਾ ਇੱਕ ਤਾਂ ਹੁੰਦੇ ਨੇ ਸਪੈਸ਼ਲ ਡਿਸਟੈਂਸ ਜਿਹੜਾ ਹੈ ਵੀ ਲੁਧਿਆਣੇ ਦਾ ਅਤੇ ਚੰਡੀਗੜ੍ਹ ਦਾ ਜਾਂ ਅੰਮ੍ਰਿਤਸਰ ਦਾ ਡਿਸਟੈਂਸ ਆ ਇੱਕ ਆ ਵੀ ਜਿਹੜੀ ਕੋਈ ਘਟਨਾ ਵਾਪਰੀ ਉਹ ਮੇਰੇ ਮਨ ਤੋਂ ਕਿੰਨੀ ਦੂਰੀ 'ਤੇ ਹੈ ਹਨਾ ਉਹਨੂੰ ਕੁਲੀਗ ਜਦੋਂ ਉਹਨਾਂ ਦਾ ਉਹ ਬਣ ਗਿਆ ਅਤੇ ਇੱਕ ਮਾਨਸਿਕ ਦੂਰੀ ਜਿਹੜੀ ਹੈ ਉਹ ਇਸ ਨਾਟਕ ਦੀ ਡਿਵੈਲਪਮੈਂਟ ਦੇ ਅੰਦਰ ਘਟਦੀ ਹੈ ਲੇਕਿਨ ਹਲੇ ਵੀ ਕੁਲੀਗ ਆ ਉਹ ਤੁਹਾਡਾ ਮਤਲਬ ਫਰੈਂਡ ਨਹੀਂ ਹੈ ਕੁਲੀਗ ਔਰ ਫਰੈਂਡ 'ਚ ਬੜਾ ਉਹ ਫਰਕ ਹੈ ਹੁਣ ਉਹਦੇ 'ਚ ਕੀ ਆ ਕਿ ਉਹਦਾ ਜਿਹੜਾ ਥਰਡ ਜਿਹੜਾ ਹੈ ਜਦੋਂ ਪਹਿਲੀ ਵਾਰੀ ਕੋਈ ਬੰਦਾ ਤੁਹਾਡੇ ਸਾਹਮਣੇ ਗਾਣਾ ਬਣਦਾ ਔਰ ਉਹ ਤੁਹਾਡਾ ਸਭ ਤੋਂ ਬੈਸਟ ਫਰੈਂਡ ਤੁਸੀਂ ਜਿਹਨੂੰ ਦਾਅਵਾ ਕਰਦੇ ਉੱਥੇ ਮੈਂਟਲ ਡਿਸਟੈਂਸ ਬਿਲਕੁਲ ਹੀ ਕੋਈ ਨਹੀਂ ਹੈ ਔਰ ਆਊਟਰ ਸਪੇਸ ਦਾ ਵੀ ਡਿਸਟੈਂਸ ਕੋਈ ਨਹੀਂ ਹੈ ਇੱਕੋ ਹੀ ਬੈਡਰੂਮ 'ਚ ਤੁਸੀਂ ਬੈਠੇ ਹੋ ਉਸੇ ਬੈਡਰੂਮ 'ਚ ਤੁਹਾਡੇ ਸਾਹਮਣੇ ਹੀ ਬੰਦਾ ਗਹਿਣਿਆਂ ਦੇ ਖਿਲਾਫ ਦਲੀਲਾਂ ਦਿੰਦਾ ਖੁਦ ਕਿਵੇਂ ਗਹਿਣੇ ਚੁਕਾਉਣਾ ਮੈਨੂੰ ਜਿਹੜੀ ਆ ਫਿਰ ਹੋਰ ਜਿਹੜੀ ਉਹਦੀ ਜਿਹੜੀ ਮੈਂਟਲ ਸਪੇਸ ਦੀ ਜਿਹੜੀ ਹੈ ਜਿਹੜੀ ਉਹ ਦੂਰੀ ਆ ਹੁਣ ਉਹ ਬੰਦੇ ਨੂੰ ਇਸ ਗੱਲ ਦਾ ਕਿਤੇ ਮੈਂ ਤਾਂ ਨਹੀਂ ਮੰਨਦਾ ਮੇਰੇ ਤਾਂ ਨਹੀਂ ਸਰਜੀਤ ਸਿੰਘ ਜਿਹੜਾ ਹੈਗਾ ਉਹ ਮਤਲਬ ਉਹਦੇ ਜਿਹੜੀ ਘਟਨਾ ਬਾਹਰ ਪਹਿਲਾਂ ਬਹੁਤ ਦੂਰੀ 'ਤੇ ਸੀ ਫਿਰ ਬਾਹਰ ਥੋੜ੍ਹੀ ਨੇੜੇ ਆਈ ਫਿਰ ਬਿਲਕੁਲ ਤੁਹਾਡੇ ਘਰ ਦੇ ਵਿੱਚ ਡਰਾਇੰਗ ਰੂਮ ਬੈਡਰੂਮ 'ਚ ਐਂਟਰ ਹੋ ਗਈ ਨਾ ਉਹ ਹੁਣ ਤੁਹਾਡੇ ਅੰਦਰ ਆ ਮਾਇੰਡ ਦੇ ਵਿੱਚ ਯਾਨੀ ਔਰ ਫਿਰ ਸਾਰਾ ਸ਼ਹਿਰ ਜਿਹੜਾ ਤੁਹਾਡੀ ਬਿਲਾਵਲ ਔਰ ਸਾਰੇ ਔਰ ਇੱਥੋਂ ਤੱਕ ਕਿ ਇਹ ਆ ਕਿ ਜਿਹਨਾਂ ਦੇ ਬਾਰੇ ਪਹਿਲਾਂ ਇਹ ਡਿਸਕਸ ਹੁੰਦਾ ਸੀਗਾ ਵੀ ਇਹ ਹੈਗੇ ਆ ਜਾਂ ਨਹੀਂ ਹੈਗੇ ਜਾਂ ਕਿਉਂ ਬਣ ਰਿਹਾ ਇਹ ਬਣ ਗਿਆ ਹੁਣ ਉਹਨਾਂ ਲਈ ਜਸਟੀਫਿਕੇਸ਼ਨਸ ਲੱਭੀਆਂ ਜਾ ਰਹੀਆਂ ਲੌਜਿਕ ਦੇ ਰੀਜ਼ਨ ਦੇ ਉਹ ਸਾਰੇ ਕੁਛ ਦੇ ਆਉਣ ਲੱਗ ਗਏ ਕਿਉਂਕਿ ਹੁਣ ਗੈਂਡਿਆਂ ਦੀ ਜਿਹੜੀ ਹੈਗੀ ਆ ਉਹ ਫਿਰ ਜਦੋਂ ਤਾਦਾਦ ਜਿਹੜੀ ਆ ਦੇ ਆ ਰਹੇ ਨੇ ਮੈਜੋਰਟੀ ਔਰ ਤੁਸੀਂ ਜਿਹੜਾ ਸਿਗਨਲ ਉਹ ਤੁਹਾਨੂੰ ਇਹ ਕਹਿੰਦਾ ਵੀ ਸੱਚ ਸਾਰਾ ਤੁਹਾਡੇ ਕੋਲ ਹੀ ਹੈ ਤੁਸੀਂ ਮਤਲਬ ਉਹ ਜਿਹੜਾ ਹੈ ਦੈਨ ਫਿਰ ਉਹਦੇ ਵਿੱਚ ਜਿਹੜੀ ਉਹ ਬੰਦੇ ਦੀ ਜਿਹੜੀ ਇੰਟੈਗਰਿਟੀ ਆ ਭੀੜ ਤੋਂ ਅਲੱਗ ਖੜ੍ਹੇ ਰਹਿਣ ਦੀ ਕਿ ਨਹੀਂ ਮੈਂ ਨਹੀਂ ਆਪਣੇ ਸਿਰ 'ਤੇ ਸਿਗੂ ਕਰ ਰਿਹਾ ਮੈਂ ਨਹੀਂ ਮਤਲਬ ਆਪਣੀ ਚਮੜੀ ਨੂੰ ਮੋਟਾ ਹੋਣ ਦਿਆਂਗਾ ਈਵਨ ਤੁਹਾਡੀ ਬਿਲਾਵਲ ਪ੍ਰੇਮਿਕਾ ਵੀ ਜੇ ਤੁਹਾਨੂੰ ਛੱਡ ਕੇ ਜਾਣ ਨੂੰ ਕਹਿੰਦੀ ਆ ਲਾ ਕੇ ਵੀ ਜਾ ਉਹ ਕਹਿੰਦੀ ਵੀ ਉਹ ਗਾ ਰਹੇ ਨੇ ਕਹਿੰਦਾ ਵੀ ਜੇ ਤੈਨੂੰ ਉਹ ਗਾ ਇਹ ਉਹਨਾਂ ਦਾ ਗਾਣਾ ਨਜ਼ਰ ਆ ਰਿਹਾ ਵੀ ਤੈਨੂੰ ਸੰਗੀਤ ਬਾਰੇ ਕੁਛ ਨਹੀਂ ਪਤਾ ਹੈ ਤੂੰ ਸੰਗੀਤ ਦਾ ਮਜ਼ਾਕ ਮਤਲਬ ਸਭ ਤੋਂ ਵੱਡਾ ਥ੍ਰੈਟ ਹੈ ਉਹ ਮਤਲਬ ਜਿਹੜਾ ਇਕੱਲੇ ਰਹਿ ਜਾਣ ਜਦੋਂ ਤੁਹਾਡੀ ਸੰਵੇਦਨਸ਼ੀਲਤਾ ਆਲੇ ਦੁਆਲੇ 'ਚੋਂ ਸਮਾਜ 'ਚੋਂ ਤੁਹਾਡੇ ਵੱਲੋਂ ਕੁਲੀਗਸ 'ਚੋਂ ਫਿਰ ਮਤਲਬ ਤੁਹਾਡੇ ਦੋਸਤਾਂ 'ਚੋਂ ਫਿਰ ਤੁਹਾਡੇ ਘਰ 'ਚ ਤੁਹਾਡੀ ਪ੍ਰੇਮਿਕਾ ਵਾਈਫ ਹੋ ਸਕਦੇ ਆ ਭਰਾ ਹੋ ਸਕਦੇ ਆ ਹਿੰਦੁਸਤਾਨ 'ਚ ਇਸ ਵਕਤ ਤੁਸੀਂ ਇਸ ਗੱਲ ਨੂੰ ਬਹੁਤ ਮਤਲਬ ਆਪਣੇ ਨੇੜੇ ਇਹ ਸਾਰਾ ਕੁਛ ਵਾਪਰਦਾ ਜਿਹੜਾ ਹੈ ਉਹ ਮਤਲਬ ਦੇਖ ਸਕਦੇ ਹਾਂ ਜਿਹਦੇ ਵਿੱਚ ਗੈਂਡੇ ਨਾਟਕ ਦੀ ਜਿਹੜੀ ਬਹੁਤ ਹੀ ਵਿਲੱਖਣ ਜਿਹੜੀ ਇਸ ਵਕਤ ਜਿਹੜੀ ਉਹਦੀ ਇੰਪੋਰਟੈਂਸ ਆ ਅਹਿਮੀਅਤ ਆ ਸਾਡੇ ਅੱਜ ਦੇ ਸੰਦਰਭ ਦੇ ਵਿੱਚ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਦੇਖਦੇ ਹੀ ਦੇਖਦੇ ਉਹ ਆਪਣਾ ਨਾਂ ਕਿਸੇ ਦਾ ਕੰਮ ਲੈਣਾ ਕਿੰਨੇ ਪੱਤਰਕਾਰ ਕਿੰਨੇ ਇਤਿਹਾਸਕਾਰ ਕਿੰਨੇ ਕਲਾਕਾਰ ਸੋਕਾਲ ਹੈ ਜੀ ਔਰ ਕੁਝ ਤੁਹਾਡੇ ਰਿਸ਼ਤੇਦਾਰੀਆਂ ਚੋਣੀਆਂ ਚੋਂ ਕਿਵੇਂ ਕਿਵੇਂ ਚਮੜੀਆਂ ਮੋਟੀਆਂ ਸ਼ੁਰੂ ਹੋਈਆਂ ਜਿਹੜੇ ਪਹਿਲਾਂ ਇਹ ਥੋੜ੍ਹਾ ਲਕੋਸ਼ ਬੋਲ ਰੱਖਦੇ ਨਹੀਂ ਅਸੀਂ ਮੋਦੀ ਦੇ ਸਮਰਥਨ ਥੋੜ੍ਹੀ ਕਰਦੇ ਹਾਂ ਅਸੀਂ ਮਤਲਬ ਇਹ ਫਿਰ ਕਿਵੇਂ ਹੌਲੀ ਹੌਲੀ ਉਹ ਸਮਰਥਨ 'ਤੇ ਉੱਤਰ ਆਏ ਫਿਰ ਕਿਵੇਂ ਹੌਲੀ ਹੌਲੀ ਇਹ ਕਹਿਣ ਲੱਗ ਪਏ ਵੀ ਜੋਗੀ ਵੀ ਠੀਕ ਹੈ
ਹੈ ਨਾ ਮਤਲਬ ਸੋ ਇਹ ਮਤਲਬ ਜਿਹੜੀ ਗਹਿਣੇ ਬਣਨ ਦੀ ਪ੍ਰਕਿਰਿਆ ਤਾਂ ਤੁਹਾਡੀ ਸੰਵੇਦਨਾ ਦੇ ਮਰਨ ਦੀ ਜਿਹੜੀ ਪ੍ਰਕਿਰਿਆ ਦਾ ਨਾਟਕ ਹੈ ਫਿਰ ਇਹ ਸਭ ਤੋਂ ਖੂਬਸੂਰਤੀ ਇਹਦੀ ਜਿਹੜੀ ਹੈ ਨਾ ਵੀ ਜਿਵੇਂ ਇਹ ਨਾਟਕ ਡਿਵੈਲਪ ਹੁੰਦਾ ਹੈ ਕਿ ਪਹਿਲਾਂ ਘਟਨਾਵਾਂ ਇੱਦਾਂ ਲੱਗਦੀਆਂ ਵੀ ਦੂਰ ਕਿਤੇ ਸਪੇਸ ਦੇ ਵਿੱਚ ਵਾਪਰੀਆਂ ਅਤੇ ਮੇਰਾ ਅਤੇ ਉਹਨਾਂ ਦੇ ਨਾਲੋਂ ਬਹੁਤ ਦੂਰੀ ਹੈ ਫਿਰ ਕਿਵੇਂ ਕਿਵੇਂ ਉਹ ਹੌਲੀ ਹੌਲੀ ਨੇੜੇ ਆਉਂਦੀਆਂ ਜਾਂਦੀਆਂ ਤੁਹਾਡੇ ਦਫ਼ਤਰ 'ਚ ਆ ਜਾਂਦੀਆਂ ਤੁਹਾਡੇ ਦੋਸਤਾਂ ਦੇ ਘਰ 'ਚ ਆ ਜਾਂਦੀਆਂ ਤੁਹਾਡੇ ਘਰ 'ਚ ਆ ਜਾਂਦੀਆਂ ਤੁਹਾਡੇ ਬੈੱਡਰੂਮ 'ਚ ਦਾਖਲ ਹੋ ਜਾਂਦੀਆਂ ਤੁਹਾਡੇ ਮਾਇੰਡ 'ਚ ਦਾਖਲ ਹੋ ਜਾਂਦੀਆਂ ਮਤਲਬ ਤੁਹਾਡੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਕਿ ਤੁਸੀਂ ਭੱਜ ਨਹੀਂ ਸਕਦੇ ਯੂ ਹੈਵ ਟੂ ਸਟੇ ਐਂਡ ਫਿਕਸ ਇਹਦੀ ਇੰਪੋਰਟੈਂਸ ਜਿਹੜੀ ਹੈ ਉਹ ਹੈ